ਸਤਿ ਸ਼੍ਰੀ ਅਕਾਲ ਸਤਿਗੁਰੂ ਸਮਰੱਥ ਪਿਤਾ
ਸਾਰੀਆਂ ਥਾਵਾਂ ਦੇ ਵਿੱਚ ਸਾਰੇ ਕਿਤੇ ਹੀ ਉਹ ਵਾਹਿਗੁਰੂ ਭਰਪੂਰ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਕਾ ਹੈ ਸੰਸਾਰ ਦੇ ਵਿੱਚ ਜਿਹੜਾ ਦੇਖਾਂ ਤੈ ਗਾਵਾਂ ਤੋਂ ਜੰਤੀ ਗਾਵਾਂ, ਜਦੋਂ ਮੈਂ ਵਾਹਿਗੁਰੂ ਨੂੰ ਦੇਖਦਾ ਹਾਂ ਤਦ ਹੀ ਗਾਵਾਂ ਗਾਉਂਦਾ। ਸੋ ਸਤਿਗੁਰੂ ਨੇ ਪਰਮੇਸ਼ੁਰ ਦੇ ਦਰਸ਼ਨ ਕਰਕੇ ਦਰਸ਼ਨਾਂ ਦੇ ਅਨੰਦ ਦੇ ਵਿੱਚੋਂ ਵਿਸਵਾਸ ਦੇ ਵਿੱਚੋਂ ਆ ਕੇ ਜਿਹੜੀ ਵਿਸਵਾਸ ਅਵਸਥਾ ਹੈ ਉਸ ਅਵਸਥਾ ਦੇ ਵਿੱਚੋਂ ਜਿਹੜੀ ਬਾਣੀ ਉਚਾਰਨ ਹੋਈ ਉਸ ਅਵਸਥਾ ਦੀ ਵਿਆਖਿਆ ਉਸ ਦਰਸ਼ਨਾਂ ਦਾ ਆਨੰਦ ਬਾਣੀ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਇਸ ਕਰਕੇ ਬਾਣੀ ਨੂੰ ਹੀ ਗ੍ਰੰਥਕਾਰ ਦਾ ਦਰਜਾ ਸਤਿਗੁਰਾਂ ਨੇ ਦਿੱਤਾ। ਜਿਹੜਾ ਬਾਣੀ ਨੂੰ ਪੜ੍ਹਦਾ ਹੈ, ਵਿਚਾਰਦਾ ਹੈ, ਕਮਾਉਂਦਾ ਹੈ ਅਤੇ ਰੂਪ ਰੂਪ ਬਾਣੀ ਨੂੰ ਆਪਣੇ ਹਿਰਦੇ ਅੰਦਰ ਸਮੋ ਲੈਂਦਾ ਹੈ, ਵੈਸੇ ਹੀ ਆਨੰਦ ਵਿਸਵਾਸ ਦੀ ਅਵਸਥਾ 'ਚ ਬਾਣੀ ਉਸ ਗੁਰਮੁਖ ਨੂੰ ਜਗਿਆਸਾ ਨੂੰ ਲੈ ਜਾਂਦੀ। ਸੋ ਸਤਿਗੁਰੂ ਦਇਆ ਕਰਦੇ ਹਨ, ਇਸੇ ਉਪਦੇਸ਼ ਨੂੰ ਬਾਕੀ ਸ਼ਬਦ ਵਿੱਚ ਬਣਾਉਂਦੇ ਹਨ। ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਪਾਡੇ ਦਾ ਬੰਨਾ। ਸੰਸਾਰ ਦਾ ਜਿੰਨਾ ਸੰਸਾਰ ਹੈ ਸਾਰਿਆਂ ਨੂੰ ਦੁੱਖ ਅਤੇ ਰੋਗ, ਇਹਨਾਂ ਦਾ ਡੇਰਾ ਕਿਹੜਾ ਹੈ? ਇਹਨਾਂ ਦਾ ਡੇਰਾ ਹੈ ਅਗਿਆਨਤਾ, ਪਰਮੇਸ਼ੁਰ ਤੋਂ ਦੂਰੀ। ਪਰਮੇਸ਼ੁਰ ਤੋਂ ਦੂਰੀ ਅਗਿਆਨਤਾ ਹੋ ਜਾਂਦੀ ਹੈ। ਅਗਿਆਨਤਾ ਰਾਜਧਾਨੀ ਹੈ ਸਾਰੇ ਦੁੱਖਾਂ ਔਰ ਰੋਗਾਂ ਦੀ। ਜਿਵੇਂ ਸਟੇਟ ਕੈਪੀਟਲ ਹੁੰਦੀ ਹੈ, ਦੇਸ਼ ਦੀ ਰਾਜਧਾਨੀ ਹੁੰਦੀ ਹੈ, ਉੱਥੋਂ ਸਾਰਾ ਪ੍ਰਬੰਧ ਚਲਾਉਂਦਾ, ਸਰਕਾਰ ਸਾਰਾ ਪ੍ਰਬੰਧ ਚਲਾਉਂਦੀ। ਸੋ ਜੇ ਕਿਸੇ ਦੇਸ਼ ਦੀ ਰਾਜਧਾਨੀ ਨੂੰ ਕਾਬੂ ਕਰ ਲਿਆ ਜਾਵੇ, ਸਾਰਾ ਪ੍ਰਬੰਧ ਤਹਿਸ ਤਹਿਸ ਹੋ ਜਾਂਦਾ, ਸਾਰਾ ਦੇਸ਼ ਕਾਬੂ ਚ ਆ ਜਾਂਦਾ। ਇਸੇ ਤਰੀਕੇ ਨਾਲ ਸਾਥ ਜਿੱਥੇ ਦੁੱਖਾਂ ਰੋਗਾਂ ਦਾ ਡੇਰਾ ਜਿਹੜਾ ਅਗਿਆਨਤਾ ਹੈ, ਜੇ ਉਹ ਭੰਨ ਦਿੱਤਾ ਜਾਵੇ, ਡੇਰਾ ਹੀ ਬਣਾ ਦਿੱਤਾ ਜਾਵੇ, ਰਾਜਧਾਨੀ ਹੀ ਕਾਬੂ ਕਰ ਦਿੱਤੀ ਜਾਵੇ, ਦੁੱਖਾਂ ਰੋਗ ਨੇ ਪੈਦਾ ਹੋਣਾ। ਸੋ ਸਤਿਗੁਰੂ ਜੀ ਦਾ ਕਰਦੇ ਨੇ ਪਰਮੇਸ਼ੁਰ ਦਿੱਤਾ ਬੰਨਾ, ਸਤਿਗੁਰੂ ਨੇ ਬੰਧੇਜ ਦੇ ਦਿੱਤਾ, ਇੱਕ ਬੰਨਣ ਦੇ ਦਿੱਤਾ, ਇੱਕ ਮਰਿਆਦਾ ਦੇ ਦਿੱਤੀ ਹੈ। ਉਹ ਕੀ ਹੈ? ਬਾਣੀ ਰੂਪ ਰਹਿਤ ਮਰਿਆਦਾ ਦਿੱਤੀ ਹੈ ਕਿ ਇਸ ਬਾਣੀ ਦੀ ਹੱਦ ਦੇ ਵਿੱਚ ਰਹਿਣਾ ਹੈ, ਬਾਣੀ ਦੀ ਕਾਰ ਦੇ ਵਿੱਚ ਰਹਿਣਾ ਹੈ, ਬਾਣੀ ਦੀ ਦੱਸੀ ਹੋਈ ਮਰਿਆਦਾ 'ਚ ਜਿਹੜਾ ਰਹੇਗਾ ਉਹ ਜਿੱਤ ਲਵੇਗਾ ਦੁੱਖਾਂ ਰੋਗ ਦੇ ਜਿਹੜਾ ਡੇਰਾ ਅਗਿਆਨਤਾ ਦਾ, ਅਗਿਆਨਤਾ ਉਹਦੀ ਖਤਮ ਹੋ ਜੂਗੀ, ਦੁੱਖਦਾ ਖਤਮ ਹੋ ਜੂਗੀ। ਅਤੇ ਡੇਰਾ ਜਦੋਂ ਦੁੱਖਾਂ ਦਾ ਡੇਰਾ ਅਗਿਆਨਤਾ ਖਤਮ ਹੋਊਗੀ, ਦੁੱਖ ਕਿੱਥੋਂ ਤੋਂ ਪੈਦਾ ਹੋ ਜਾਣਗੇ, ਭਰਮ ਕਿੱਥੋਂ ਆ ਜਾਣਗੇ, ਰੋਗ ਕਿੱਥੋਂ ਆ ਜਾਣਗੇ, ਸਭ ਖਤਮ ਹੋ ਜਾਂਦੇ ਹਨ, ਸਭ ਨੱਟ ਜਾਂਦੇ ਹਨ। ਇਹਨਾਂ ਨੂੰ ਪੈਦਾ ਕਰਨ ਵਾਲੀਆਂ ਚੀਜ਼ਾਂ ਹਨ ਜਿਹੜੀਆਂ ਅੰਧ ਕਰਿਆ ਜਾਂਦਾ ਹੈ। ਸਤਿਗੁਰੂ ਜੀ ਦਇਆ ਕਰਦੇ, ਜਦੋਂ ਦੁੱਖਾਂ ਰੋਗ ਦਾ ਡੇਰਾ ਢਹਿ ਜਾਵੇ ਫਿਰ ਉੱਥੇ ਆਨੰਦ ਆ ਜਾਂਦਾ। ਕਿਉਂ? ਕਿਉਂਕਿ ਬਾਣੀ ਰੂਪ ਵਾਹਿਗੁਰੂ ਹੈ, ਉਹਦਾ ਉੱਥੇ ਵਾਸਾ ਹੋ ਜਾਂਦਾ। ਬਾਣੀ ਦਾ ਵਾਸਾ ਹੋਣ ਕਰਕੇ ਬਾਣੀ ਆਨੰਦ ਸਰੂਪ, ਬਾਣੀ ਸਤ ਸਰੂਪ, ਬਾਣੀ ਚੇਤਨ ਸਰੂਪ, ਬਾਣੀ ਅਰਦਾਸ ਸਰੂਪ, ਬਾਣੀ ਗਿਆਨ ਦਾ ਸਮੁੰਦਰ, ਨਰ ਹੋਵੇ ਭਾਵੇਂ ਨਾਰੀ ਹੋਵੇ, ਉਹ ਆਨੰਦ ਦੇ ਵਿੱਚ ਹੀ ਰਹਿਣਗੇ ਜਿਸਨੇ ਇਸ ਮਰਿਆਦਾ ਨੂੰ ਪਾਲਿਆ। ਹਰ ਪ੍ਰਭ ਕਿਰਪਾ ਧਾਰੀ, ਵਾਹਿਗੁਰੂ ਦੀ ਕਿਰਪਾ ਹੁੰਦੀ, ਕਿਰਪਾ ਧਾਰਨ ਕਰਕੇ ਸਿੱਖ ਦੇ ਹਿਰਦੇ ਅੰਦਰ, ਜਗਿਆਸੂ ਦੇ ਹਿਰਦੇ ਅੰਦਰ ਆਪ ਹੀ ਆ ਕੇ ਬਹਿ ਜਾਂਦਾ ਹੈ। ਜਿੱਥੇ ਬਾਣੀ ਦਾ ਸਤਿਕਾਰ ਹੋਵੇ, ਬਾਣੀ ਦੀ ਵਿਚਾਰ ਹੋਵੇ, ਬਾਣੀ ਦਾ ਕੀਰਤਨ ਹੋਵੇ, ਉੱਥੇ ਵਾਹਿਗੁਰੂ ਆਪ ਹੀ ਆ ਕੇ ਬਹਿ ਜਾਂਦਾ। ਸੋ ਸੰਤ ਜਿੱਥੇ ਵਾਹਿਗੁਰੂ ਦਾ ਵਾਸਾ ਹੋਵੇ ਉੱਥੇ ਸਭ ਚਿੱਤ ਆਨੰਦ ਹੈ ਅਤੇ ਸੁੱਖ ਨੇ ਜਿਹੜੇ ਉਹ ਸਮੁੰਦਰ ਵਿੱਚ ਆ ਕੇ ਵਾਸਾ ਕਰ ਲੈਂਦੇ ਨੇ, ਅਤੇ ਦੁੱਖਾਂ ਦੇ ਕਲੇਸ਼ਾਂ ਦੇ ਸਾਧਨਾਂ 'ਚ ਰਹਿਣਾ ਹੈ। ਧੁਰਦੀ ਬਾਣੀ ਆਈ ਦਰਸ਼ਨੀ ਚਿੱਤ ਵਿਚਾਰ, ਬਾਣੀ ਨੂੰ ਧੁਰਦੀ ਕਿਹਾ ਹੈ। ਧੁਰਦੀ ਕਿਉਂ ਕਿਹਾ ਹੈ? ਧੁਰ ਹੈ ਵਾਹਿਗੁਰੂ, ਪਰਮੇਸ਼ੁਰ ਆਪ। ਸੋ ਪਰਮੇਸ਼ੁਰ ਤੋਂ ਬਾਣੀ ਆਈ ਹੈ, ਪਰਮੇਸ਼ੁਰ ਸਤਿਗੁਰਾਂ ਦੇ ਹਿਰਦੇ ਅੰਦਰ ਵਸਿਆ ਹੋਇਆ ਹੈ, ਹਿਰਦੇ ਦੇ ਅੰਦਰੋਂ ਇਹ ਬਾਣੀ ਉਚਾਰ ਹੋਈ, ਬਖਸ਼ਿਸ਼ ਹੋਈ ਜਗਤ ਨੂੰ, ਫਿਰ ਸਗਲੀ ਚਿੱਤ ਵਿਚਾਰ। ਸੋ ਹਿਰਦੇ ਦੇ ਅੰਦਰੋਂ ਬਾਣੀ ਪ੍ਰਕਾਸ਼ਮਾਨ ਹੋ ਕੇ ਸਤਿਗੁਰਾਂ ਦੀ ਇਹ ਸੰਸਾਰ ਦੇ ਵਿੱਚ ਪ੍ਰਗਟ ਹੋਈ, ਅਤੇ ਜਿਹੜਾ ਇਸ ਬਾਣੀ ਨੂੰ ਸੁਣਦਾ ਹੈ, ਹਿਰਦੇ ਅੰਦਰ ਵਸਾਉਂਦਾ, ਉਹਦੀ ਚਿੰਤਾ ਖਤਮ ਹੋ ਜਾਂਦੀ, ਫਿਰ ਸਗਲੀ ਚਿੱਤ ਵਿਚਾਰ। ਮਨ ਕਰਕੇ ਚਿੰਤਾ, ਆਤਮਿਕ ਤੌਰ 'ਤੇ ਚਿੰਤਾ ਹੈ ਜਿਹੜੀ ਇਹਦੀਆਂ, ਸੰਸਾਰ ਦੀਆਂ ਚਿੰਤਾ, ਸਮਾਜ ਦੀਆਂ ਚਿੰਤਾ, ਪ੍ਰਲੋਕ ਦੀਆਂ ਚਿੰਤਾ, ਸਾਰੇ ਕਿਸਮ ਦੀਆਂ ਚਿੰਤਾ ਨੂੰ ਮਿਟਾਈ, ਖਤਮ ਕਰ ਦਿੰਦੀ। ਸੋ ਜਿਹਦੀ ਚਿੰਤਾ ਮਿਟਦੀ ਨਹੀਂ, ਉਹ ਬਾਣੀ ਨੂੰ ਪੜ੍ਹਨ ਦੀ, ਹਜ਼ਮ ਕਰਨ ਦੀ, ਉਹ ਜਾਚ ਨਹੀਂ ਸਿੱਖਦਾ ਹੈ। ਜੇ ਜਾਚ ਸਿੱਖ ਲਵੇ ਬਾਣੀ ਪੜ੍ਹਨ ਦੀ, ਵਿਚਾਰਨ ਦੀ, ਸੁਣਨ ਦੀ, ਤਾਂ ਉਹਦੇ ਅੰਦਰੋਂ ਚਿੰਤਾ ਮਿਟ ਜਾਂਦੀ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਜੋ ਪਾਪ ਕਰ, ਇੱਕ ਸੁਣਨ ਦੇ ਨਾਲ ਹੀ ਦੁੱਖ ਪਾਪ ਨਾਸ ਹੋ ਜਾਂਦੇ ਹਨ। ਜਿਹਦੇ ਹਿਰਦੇ ਅੰਦਰ ਵਸਿਆ ਹੋਇਆ ਵਾਹਿਗੁਰੂ ਦਾ ਜੀਵਨ ਸਾਧਦਾ ਹੈ। ਦਇਆ ਪੁਰਖ ਮਿਹਰਬਾਨਾ, ਵਾਹਿਗੁਰੂ ਦਇਆ ਦਾ ਘਰ ਹੈ, ਵਾਹਿਗੁਰੂ ਪੁਰਖ ਸਰੂਪ, ਸਰਬ ਸਮਰੱਥ, ਸਾਰੀਆਂ ਸ਼ਕਤੀਆਂ ਦਾ ਮਾਲਕ, ਮਿਹਰਬਾਨ, ਸਦਾ ਸੰਸਾਰ ਦੇ ਉੱਤੇ ਦਇਆ ਕਰਨ ਵਾਲਾ, ਕਰੂਰ ਰੂਪ ਨਹੀਂ ਹੈ ਵਾਹਿਗੁਰੂ ਦਾ, ਦਇਆ ਕਰਨ ਵਾਲਾ। ਜਦੋਂ ਬੇਸਵਾ ਦੇ ਉੱਤੇ ਦਇਆ ਹੋ ਸਕਦੀ ਹੈ, ਬੇਸਵਾ ਕਰ ਸਕਦੀ ਹੈ, ਜਦੋਂ
ਅਜਾਮਨ ਦੇ ਉੱਤੇ ਜਿਹੜਾ ਪਾਪ ਕਰਨ ਵਾਲਾ ਪਾਪੀ ਬੇਸਵਾਵਾਂ ਦੇ ਘਰ ਵਿੱਚ ਜਾਂਦਾ ਸੀ ਉਹਦੇ ਤੇ ਕਿਰਪਾ ਹੋ ਸਕਦੀ ਹੈ ਉਹ ਧਰ ਸਕਦਾ ਹੈ ਜਦੋਂ ਸਦਨਾ ਕਸਾਈ ਹੈ ਉਹ ਵਾਹਿਗੁਰੂ ਕਹਿੰਦਾ ਉਹ ਧਰ ਸਕਦਾ ਹੈ ਉਹਨੂੰ ਵਾਹਿਗੁਰੂ ਬਾਣੀ ਦੇ ਵਿੱਚ ਥਾਂ ਮਿਲਿਆ ਹੈ ਤਾਂ ਸੰਕੇਤ ਉਹਦੇ ਪਾਪੀ ਕਿਹੜੇ ਹਨ ਦੁਨੀਆਂ ਦੇ ਵਿੱਚ ਸਾਰਿਆਂ ਨੂੰ ਤਾਰਨ ਦੇ ਸਮਰੱਥ ਹੈ ਜਿਹੜਾ ਪਿਆਰ ਨਾਲ ਕਹੇਗਾ ਪਾਣਾ ਇੱਕ ਵਾਰ ਜੀ ਨੇ ਕਹਿ ਦਿੱਤਾ ਤੇ ਕਹਿ ਕੇ ਮੁੜ ਕੇ ਪਾਪਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਵਾਹਿਗੁਰੂ ਸਾਰੇ ਤਾਂ ਤੇ ਮੁਕਤੀ ਕਰਦਾ ਬੰਦੇ ਦੀ ਇਹ ਨਹੀਂ ਹੈ ਵੀ ਸ਼ਰਾਬੀ ਪੀ ਚੱਲੇ ਤੇ ਵਾਹਿਗੁਰੂ ਵਾਹਿਗੁਰੂ ਕਰੀ ਚੱਲੇ ਹਾਂ ਕਲਿਆਣ ਤਾਂ ਕਰੇਗਾ ਪਰ ਜਿਹਦੇ ਛੱਡ ਦੇਣਗੇ ਛੇਤੀ ਕਲਿਆਣ ਹੋ ਜਾਵੇਗਾ ਜੇ ਨਾਲ ਪਾਪ ਵੀ ਕਰਦਾ ਬਾਣੀ ਵੀ ਪੜ੍ਹਦਾ ਹੈ ਤੇ ਸਾਥ ਸੰਗ ਫਿਰ ਕਲਿਆਣ ਤਾਂ ਹੋਵੇਗੀ ਜ਼ਰੂਰ ਹੌਲੀ ਹੌਲੀ ਹੋਵੇਗੀ ਜੇ ਛੇਤੀ ਕਰਦਾ ਹੈ ਜੇ ਛੇਤੀ ਚਾਹੁੰਦਾ ਪਾਪਾਂ ਤੋਂ ਬਚਣਾ ਤਾਂ ਪਾਪਾਂ ਤੋਂ ਪਰੇ ਪਰ ਹਰ ਪਾਪ ਪਛਾਣਾ ਆਪ ਨਾ ਸੋਗ ਨਿਯੋਗ ਸੰਤਾਪ ਪਾਪ ਦਾ ਦੁੱਖ ਦਾ ਸੰਤਾਪ ਦਾ ਕਲੋਪ ਦਾ ਰਹਿੰਦਾ ਤਾਂ ਉਹ ਪਾਪ ਨੂੰ ਛੱਡ ਕੇ ਪਰੇ ਹੁੰਦਾ ਹੈ ਜੇ ਪਾਪ ਕਮਾਈ ਜਾਵੇ ਬਾਣੀ ਵੀ ਪੜ੍ਹੀ ਜਾਵੇ ਫਿਰ ਪਾਪ ਦੀ ਸ਼ਕਲ ਦਾ ਇੱਕ ਪੂਰਨ ਰੂਪ ਵਿੱਚ ਸ਼ਕਲ ਸਾਹਮਣੇ ਨਹੀਂ ਉਹਦੇ ਗਿਆਨ ਨਹੀਂ ਹੁੰਦਾ ਹੈ ਜਦੋਂ ਪਰ ਹਰ ਪਾਪ ਪਛਾਣਾ ਆ ਜੇ ਪਾਪ ਨੂੰ ਛੱਡੇਗਾ ਫਿਰ ਇਹਨੂੰ ਆਪੇ ਦੀ ਪਛਾਣ ਆ ਗਈ ਮੈਂ ਕਿੰਨੀ ਵੱਡੀ ਗਲਤੀ ਕਰ ਰਿਹਾ ਇਸ ਕਰਕੇ ਸਤਿਗੁਰੂ ਜੀ ਦਇਆ ਕਰਦੇ ਹਨ ਵਾਹਿਗੁਰੂ ਹੈ ਦਇਆ ਦਾ ਸਰੂਪ ਬਾਣੀ ਦਇਆ ਦਾ ਸਰੂਪ ਪੁਰਖ ਰੂਪ ਹੈ ਪੁਰਖ ਸਰਵ ਸ਼ਕਤੀਮਾਨ ਹੈ ਮਿਹਰਬਾਨ ਮੇਰਾ ਕਰਨ ਵਾਲੀ ਹੈ ਬਾਣੀ ਦਇਆ ਦਾ ਕਰਨ ਹੈ ਜਿਹੜਾ ਸਤਿਗੁਰੂ ਦੀ ਸ਼ਰਨ ਆ ਕੇ ਟਿਕਦਾ ਹੈ ਬਾਣੀ ਮੇਰਾ ਕਰਦੀ ਹੈ ਬਚਾਉਂਦੀ ਹੈ ਉਸਨੂੰ ਹਰ ਨਾਨਕ ਸਾਜ ਉਠਾਉਂਦਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਜਿਹੜਾ ਸੱਚ ਕਿਹਾ ਹੈ ਇਹ ਨਿਰਭਉ ਹੋ ਕੇ ਵਿਖਾਣਿਆ ਹੈ ਕਿਸੇ ਦਾ ਡਰ ਭੈ ਨਹੀਂ ਅਸੀਂ ਮੰਨਿਆ ਹੈ ਸਾਚ ਸੰਸਾਰ ਨੂੰ ਦਰਸਾ ਦਿੱਤਾ ਹੈ ਜਿਹੜਾ ਇਹਨਾਂ ਵਚਨਾਂ ਨੂੰ ਮੰਨੇਗਾ ਧੋਤੀ ਬਾਣੀ ਉਹਦਾ ਕਲਿਆਣ ਕਰੇ ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਹਨਾਂ ਨੇ ਇਹ ਜਹਾਜ਼ ਬਣਾਇਆ ਜਿਹਨਾਂ ਨੇ ਸੁੱਖਾਂ ਦਾ ਸਮੁੰਦਰ ਬਾਣੀ ਦਾ ਦਾਨ ਸਾਨੂੰ ਬਖਸ਼ਿਸ਼ ਕੀਤਾ ਉਹਨਾਂ ਦੇ ਦਰ 'ਤੇ ਆਪਾਂ ਅਰਦਾਸ ਕਰੀਏ ਉਮੀਦਵਾਰ ਜੀ ਇਸ ਬਾਣੀ ਨੂੰ ਦਰਬੇਂਦਰ ਵਸਾਉਣਾ ਬਾਣੀ ਪੜ੍ਹਨ ਲਈ ਬਹੁਤ ਬਖਸ਼ਿਸ਼ ਕਰਨੀ ਜਿੰਨੇ ਆਪ ਜੀ ਦੇ ਦਰ 'ਤੇ ਆਉਂਦੇ ਹਨ ਸਭਨਾਂ ਦੀ ਹਾਜ਼ਰੀ ਨੂੰ ਪ੍ਰਵਾਨ ਕਰਕੇ ਨਾਮ ਦਾ ਆਸਰਾ ਬਖਸ਼ਾ ਉਹਨਾਂ ਕਰਕੇ ਦੂਸਰਾ ਬਖਸ਼ ਦੇਣੀ ਜੀ ਆਓ ਫਤਿਹ ਬੁਲਾ ਕੇ ਗੁਰਦੇਵ ਦੇ ਚਰਨ ਸਾਉਣਾ ਸਾਰੇ ਆਸਰਾ ਮੰਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਓਂਕਾਰ ਸਤਨਾਮ ਕਰਤਾ ਪੁਰਖ ਸਤਿ ਜੁਗਾਦ ਸਚ ਹੈ ਸਚੁ